ਸਭ ਤੋਂ ਪਹਿਲਾਂ ਤੁਹਾਨੂੰ ਬੂਟਾ ਮਿਊਜ਼ਿਕ ਐਂਡ ਇਲੈਕਟ੍ਰੋਨਿਕ ਸੈਂਟਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਆਪਣੇ ਚੈਨਲ 'ਤੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜੀ। ਇਹ ਵੀਡੀਓ ਹੈਗੀ ਆ ਫਲੈਸ਼ ਲਾਈਟ ਬਾਰੇ। ਆਪਣੀ ਦੁਕਾਨ 'ਤੇ ਅਲੱਗ ਅਲੱਗ ਤਰ੍ਹਾਂ ਦੀਆਂ ਅਲੱਗ ਅਲੱਗ ਇੰਚ ਦੀਆਂ ਫਲੈਸ਼ ਲਾਈਟ ਅਵੇਲੇਬਲ ਨੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਂਦਾ ਜੀ ਫਲੈਸ਼ ਲਾਈਟ ਅਤੇ ਐੱਲ ਈ ਡੀ ਲਾਈਟ ਜੋ ਮੋਟਰਸਾਈਕਲਾਂ ਵਿੱਚ ਲੱਗਦੀ ਹੈ। ਇਹ ਜੀ 2-in-1 ਲਾਈਟ ਹੈ। ਇਹਦੇ ਵਿੱਚ ਤੁਹਾਨੂੰ ਵਾਈਟ ਲਾਈਟ ਅਤੇ ਰੈੱਡ ਐਂਡ ਬਲੂ ਲਾਈਟ ਦੋਨੇ ਮਿਲ ਜਾਣਗੀਆਂ ਜੀ। ਮੈਂ ਤੁਹਾਨੂੰ ਚਲਾ ਕੇ ਦਿਖਾਉਂਦਾ ਜੀ ਇਹ ਕਿਸ ਤਰ੍ਹਾਂ ਕੰਮ ਕਰਦੀ ਹੈ। ਦੇਖ ਸਕਦੇ ਤੁਸੀਂ ਵਾਈਟ ਲਾਈਟ ਦਾ ਬਹੁਤ ਵਧੀਆ ਚਾਨਣ ਹੈ ਜੀ ਅਤੇ ਆਹ ਰੈੱਡ ਐਂਡ ਬਲੂ ਲਾਈਟ ਦੇਖੋ ਜੀ, ਬਹੁਤ ਹੀ ਬੈਸਟ ਕੁਆਲਿਟੀ ਲਾਈਟ ਹੈ ਜੀ। ਇਸ ਤੋਂ ਇਲਾਵਾ ਆਪਣੇ ਕੋਲ ਟਰੈਕਟਰਾਂ ਵਾਸਤੇ ਵੀ ਬਹੁਤ ਹੀ ਵਧੀਆ ਐੱਲ ਈ ਡੀ ਵਾਈਟ ਲਾਈਟ ਅਤੇ ਰੈੱਡ ਐਂਡ ਬਲੂ ਲਾਈਟ ਅਵੇਲੇਬਲ ਹੈ। ਮੈਂ ਤੁਹਾਨੂੰ ਰੈੱਡ ਐਂਡ ਬਲੂ ਲਾਈਟ ਦਿਖਾਉਣਾ ਜੀ। ਤੁਸੀਂ ਦੇਖਦੇ ਹੋ ਬਹੁਤ ਹੀ ਵਧੀਆ ਚਾਨਣ ਹੈ ਇਸ ਦਾ ਵੀ, ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ। ਇਹ ਲਾਈਟ ਟਰੈਕਟਰਾਂ ਵਾਸਤੇ ਬਹੁਤ ਹੀ ਵਧੀਆ ਸ਼ੋਅ ਜੋ ਟਰੈਕਟਰ ਨਹੀਂ ਹੁੰਦੀ ਉਸਨੂੰ ਵਧਾਉਂਦੀ ਹੈ ਜੀ। ਤੁਸੀਂ ਦੇਖਿਆ ਜੀ ਬਹੁਤ ਹੀ ਵਧੀਆ ਰੈੱਡ ਐਂਡ ਬਲੂ ਲਾਈਟ ਸ਼ੋਅ ਵਾਸਤੇ ਬਹੁਤ ਵਧੀਆ ਜੀ, ਬਹੁਤ ਵਧੀਆ ਚਾਨਣ ਹੈ ਇਹਦਾ। ਇਸ ਤੋਂ ਇਲਾਵਾ ਆਪਣੇ ਕੋਲ ਟਰੈਕਟਰਾਂ ਵਾਸਤੇ ਵੀ ਵਾਈਟ ਫਲੈਸ਼ ਲਾਈਟ ਵੀ ਅਵੇਲੇਬਲ ਹਨ। 31, 48 ਅਤੇ 55 ਇੰਚ ਦੀਆਂ ਅਲੱਗ ਅਲੱਗ ਲਾਈਟਸ ਆਪਣੇ ਕੋਲ ਅਵੇਲੇਬਲ ਹਨ। ਮੈਂ ਤੁਹਾਨੂੰ ਚਲਾ ਕੇ ਦਿਖਾਉਂਦਾ ਜੀ ਇਹ ਕਿਸ ਤਰ੍ਹਾਂ ਕੰਮ ਕਰਦੀਆਂ ਨੇ। ਬਹੁਤ ਹੀ ਵਧੀਆ ਚਾਨਣ ਹੈ ਜੀ ਇਹਨਾਂ ਦਾ। ਲਓ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਇਹਦਾ ਚਾਨਣ ਹੈ। ਇਹ ਜੀ 31 ਇੰਚ ਦੀ ਮਰਕਰੀ ਲਾਈਟ ਹੈ ਜੀ। ਇਸਦੇ ਸੈਂਟਰ ਵਿੱਚ ਅਤੇ ਸਾਈਡਾਂ 'ਤੇ ਐੱਲ ਈ ਡੀ ਬੱਲਬ ਲੱਗੇ ਹੁੰਦੇ ਹਨ, ਜਿਸ ਕਰਕੇ ਇਹਦਾ ਚਾਨਣ ਬਹੁਤ ਹੀ ਵਧੀਆ ਹੁੰਦਾ ਹੈ। ਬੈਸਟ ਕੁਆਲਿਟੀ ਲਾਈਟ ਹੈ ਜੀ ਇਹ। ਇਸ ਤੋਂ ਇਲਾਵਾ ਆਪਣੇ ਕੋਲ 21 ਇੰਚੀ ਦੀ ਵੀ ਐੱਲ ਈ ਡੀ ਲਾਈਟ ਅਵੇਲੇਬਲ ਹੈ। ਲਓ ਜੀ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ ਜੀ 55 ਇੰਚ ਦੀ ਬਾਰ ਲਾਈਟ। ਇਹ ਲਾਈਟ ਜੀ ਥਾਰ 'ਤੇ ਵੀ ਲੱਗਦੀ, ਇਹ ਥਾਰ ਦੀ ਸ਼ੋਅ ਨੂੰ ਬਹੁਤ ਵਧਾਉਂਦੀ ਹੈ ਜੀ। ਇਹ ਲਾਈਟਾਂ ਜੀ ਟਰੈਕਟਰ 'ਤੇ ਵੀ ਲੱਗਦੀਆਂ ਹਨ, ਇਹ ਟਰੈਕਟਰ ਦੀ ਸ਼ੋਅ ਨੂੰ ਬਹੁਤ ਵਧੀਆ ਬਣਾਉਂਦੀਆਂ ਹਨ ਜੀ। ਇਸ ਤੋਂ ਇਲਾਵਾ ਆਪਣੇ ਕੋਲ ਟਰੈਕਟਰ ਵਾਸਤੇ ਚੌਰਸ, ਗੋਲ ਅਤੇ ਹੋਰ ਵੀ ਕਿਸਮ ਦੀਆਂ ਲਾਈਟਾਂ ਐੱਲ ਈ ਡੀ ਲਾਈਟਾਂ ਅਵੇਲੇਬਲ ਹਨ। ਜੇ ਕਿਸੇ ਨੇ ਕੋਈ ਟਰੈਕਟਰ 'ਤੇ ਕੋਈ ਲਾਈਟ ਲਗਾਉਣੀ ਹੋਵੇ ਤਾਂ ਉਹ ਆਪਣੀ ਦੁਕਾਨ ਨਾਲ ਸੰਪਰਕ ਕਰ ਸਕਦਾ ਹੈ ਜੀ। ਆਪਣੇ ਕੋਲ ਮਕੈਨਿਕ ਵੀ ਹਨ, ਇਸ ਨੂੰ ਐਟ ਏ ਟਾਈਮ 'ਤੇ ਤੁਹਾਡੀ ਲਾਈਟਾਂ ਫਿਕਸ ਕਰ ਸਕਦੇ ਹਨ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ। ਸਾਡੀ ਨਵੀਂ ਤੋਂ ਨਵੀਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈੱਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ। ਸਾਡਾ ਹੁਣ ਇੱਕ ਇੰਸਟਾਗ੍ਰਾਮ 'ਤੇ ਪੇਜ ਬਣਾਇਆ ਹੈ ਜੀ। ਇੰਸਟਾਗ੍ਰਾਮ 'ਤੇ ਪੇਜ ਦਾ ਨਾਮ ਹੈ ਜੀ ਬੂਟਾ ਮਿਊਜ਼ਿਕ ਸੈਂਟਰ। ਉਸ ਪੇਜ ਨੂੰ ਵੀ ਤੁਸੀਂ ਇੰਸਟਾਗ੍ਰਾਮ 'ਤੇ ਜਾ ਕੇ ਫੋਲੋ ਕਰ ਸਕਦੇ ਹੋ ਜੀ। ਧੰਨਵਾਦ।